ਤੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਨੇ ਪਰ ਉੱਥੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਅੱਜ ਉਹਨਾਂ ਦੀ ਫਿਰ ਇੱਕ ਮੀਟਿੰਗ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਮਿਲਣ ਪਹੁੰਚੇ ਨੇ ਉਹਦੇ ਬਾਰੇ ਕੀ ਕਹਿਣਾ ਜੀ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੁਝ ਲੱਗਦਾ ਹੈ ਵੀ ਨਵੇਕਲਾ ਕਰਨਾ ਚਾਹੁੰਦੇ ਜੀ ਕਈ ਵਾਰੀ ਬੰਦੇ ਦੇ ਕੋਲੋਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਜਾਂਦੀਆਂ ਨੇ ਪਰ ਜਿਵੇਂ ਉਹਨਾਂ ਗੱਲਾਂ ਨੂੰ ਉਛਾਲਿਆ ਜਾ ਰਿਹਾ ਇਹ ਗੱਲਾਂ ਦੇ ਵਿੱਚ ਲੱਗਦਾ ਹੈ ਕਿ ਕੁਝ ਸਿਆਸੀ ਧਿਰਾਂ ਨੂੰ ਇਹ ਸਾਰਾ ਕੁਝ ਮਨਜ਼ੂਰ ਨਹੀਂ ਲੱਗਦਾ ਦਰਸ਼ਨ ਸਿੰਘ ਬਰਾੜ ਨੇ ਜਿਹੜੇ ਉਹਨਾਂ ਦੇ ਬੇਟੇ ਗੁਰਜੰਟ ਸਿੰਘ ਬਰਾੜ ਦੇ ਉੱਤੇ ਇੱਕ ਜੁਰਮਾਨਾ ਕੀਤਾ ਗਿਆ ਸੀਗਾ ਉਹਨਾਂ ਦੇ ਕ੍ਰੈਸ਼ਰ ਨੂੰ ਲੈ ਕੇ ਜਿਹੜਾ ਚੱਲ ਰਿਹਾ ਸੀਗਾ ਕਦੇ ਗੈਰ ਜਦੋਂ ਕਾਨੂੰਨੀ ਲਗਾਇਆ ਗਿਆ ਉਹਦੀ ਕੋਈ ਪਰਮਿਸ਼ਨ ਨਹੀਂ ਲੱਗੇਗੀ ਜਿਹੜਾ ਜੰਗਲਾਤ ਮਹਿਕਮੇ ਦੇ ਤੋਂ ਕੋਈ ਵੀ ਪਰਮਿਸ਼ਨ ਨਹੀਂ ਲੇਗੀ ਉਹ ਲਗਾਇਆ ਗਿਆ ਉਸ ਨੂੰ ਲੈ ਕੇ ਦੁਬਾਰਾ ਫਿਰ ਇੱਕ ਚਿੱਠੀ ਲਿਖੀ ਗਈ ਹੈ ਅਤੇ ਉਹਨਾਂ ਨੂੰ ਜੁਰਮਾਨਾ ਭਰਨ ਲਈ ਕਿਹਾ ਗਿਆ ਉਹਦੇ ਬਾਰੇ ਕੀ ਕਹਿਣਾ ਜੀ ਦੇਖੋ ਜੇ ਕੋਈ ਉਲੰਘਣਾ ਕਰੂਗਾ ਤਾਂ ਉਹਦੇ ਵਿੱਚ ਜਿਹੜਾ ਖਨਨ ਵਿਭਾਗ ਆ ਮਾਈਨਿੰਗ ਵਾਲਾ ਵਿਭਾਗ ਆ ਪਤਾ ਲੱਗਿਆ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਨੂੰ 1.5 ਕਰੋੜ ਦੇ ਕਰੀਬ ਉਹ ਜੁਰਮਾਨਾ ਕੀਤਾ ਗਿਆ ਜੀ ਜੀ ਇੱਥੇ ਸੁਖਬੀਰ ਜੀ ਇੰਨੀਆਂ ਲੂ ਪੋਲ ਹੈਗੇ ਨੇ ਕਿ ਉਦੋਂ ਸੀਨੀਅਰ ਅਧਿਕਾਰੀ ਤੋਂ ਚਿੱਠੀ ਲਾ ਕੇ ਇਨਕੁਆਇਰੀ ਲਵਾ ਲੈਂਦੇ ਆ ਇਨਕੁਆਇਰੀਆਂ ਚੱਲੀ ਜਾਂਦੀਆਂ ਨੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮੁੱਦਿਆਂ ਦੇ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਆ ਉਹਦੇ ਬਾਰੇ ਕੀ ਕਹਿਣਾ ਗੁਰੂ 6ਵੇਂ ਪਾਤਸ਼ਾਹ ਨੇ ਇਹ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਜੀ ਜੀ ਉਹਦਾ ਜਥੇਦਾਰ ਵੀ ਕਾਰਜਕਾਰੀ ਜੀ ਉਹ ਵੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਜੀ ਜਿਹੜੀ ਸਰਵਉੱਚ ਪਦਵੀ ਹੈ ਜੀ ਉਹਦੇ ਵਿੱਚ ਇਹ ਕਿਉਂ ਜੀ ਇਸ ਤਰ੍ਹਾਂ ਕੀਤਾ ਜਾਵੇ ਉਹ ਜਥੇਦਾਰ ਸਾਹਿਬ ਦੀ ਕੋਈ ਹਸਤੀ ਹੋਵੇ ਜੀ ਹੁਣ ਤੱਕ ਜਥੇਦਾਰਾਂ ਨੂੰ ਕਿਵੇਂ ਵਰਤਿਆ ਇਹਨਾਂ ਨੇ ਸਿਆਸੀ ਮਾਮਲਿਆਂ ਵਾਸਤੇ ਉਧਰੋਂ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨੇ ਕਿ ਬੇਅਦਬੀ ਮੁੱਦੇ 'ਤੇ ਅਸੀਂ ਜਾਂਚ ਕਰਾਂਗੇ ਉਧਰੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਇੱਕੇ ਦਿਨੇ ਹੋਈ ਬਿਆਨ ਦਿੰਦੇ ਨੇ ਵੀ ਕਿਸੇ ਚਰਚਾ ਕਰਾਂਗੇ ਇਹਦੇ ਪਿੱਛੇ ਕੋਈ ਕਾਰਨ ਦਾ ਹੋਊਗਾ ਦੇਖੋ ਜਿਹੜਾ ਬੇਅਦਬੀ ਮੁੱਦਾ ਹੈਗਾ ਬੇਅਦਬੀ ਮੁੱਦਾ ਨਿਕਲਿਆ ਸੀਗਾ ਇਹਨਾਂ ਦੀਆਂ ਵੋਟਾਂ 'ਚੋਂ ਜੀ ਉਹਦੇ ਮੈਂ ਪਿੱਛੇ ਚੱਲ ਜਾਂ ਥੋੜ੍ਹਾ ਜਿਹਾ 2007 ਦੇ ਵਿੱਚ ਜਦੋਂ ਚੋਣਾਂ ਆਈਆਂ ਤਾਂ ਸੌਦਾ ਸਾਧ ਨਾਲ ਸੌਦਾ ਕੈਪਟਨ ਅਮਰਿੰਦਰ ਸਿੰਘ ਨੇ ਮਾਰ ਲਿਆ ਜੀ ਮਾਲਵੇ ਦੀਆਂ 67 ਸੀਟਾਂ ਦੇ ਵਿੱਚੋਂ 39 ਸੀਟਾਂ ਉਹ ਜਿੱਤ ਕੇ ਲੈ ਗਏ ਜੀ ਜਿਹੜੀ ਅਕਾਲੀ ਸਰਕਾਰ ਬਣੀ ਉਹ ਮਾਝੇ ਅਤੇ ਦੁਆਬੇ ਕਰਕੇ ਬਣੀ ਜੀ ਦੂਜੀ ਚੀਜ਼ ਉਸ ਤੋਂ ਬਾਅਦ ਜਦੋਂ 2012 ਦੀਆਂ ਚੋਣਾਂ ਆਉਣਾ ਸੀ ਇਸ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਉਹ ਆਇਆ ਸਾਂਗ ਰਚ ਕੇ ਜਿਵੇਂ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਤਾਂ ਇਹਨੇ ਸ਼ਰਬਤ ਪਿਲਾ ਕੇ ਕੜਾਏ 'ਚ ਰੂਹ ਅਫਜ਼ਾ ਘੋਲ ਕੇ ਕਹਿੰਦਾ ਵੀ ਮੈਂ ਜਾਮੇ ਇਨਸਾਨ ਪਿਲਾ ਰਿਹਾ ਇਹਨਾਂ ਨੂੰ ਇਨਸਾਨ ਬਣਾ ਰਿਹਾ ਇਨਸਾਨ ਤਾਂ ਬੰਦਾ ਜੰਮਦਾ ਹੈਗਾ ਅਤੇ ਉਹਦੇ ਮਾਮਲੇ ਦੇ ਵਿੱਚ 295 ਏ ਦਾ ਪਰਚਾ ਦਰਜ ਹੋਇਆ ਸੀ ਫਿਰ ਡੇਰੇ ਵਾਲੇ ਦੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ ਇੱਕ ਸੌਦਾ ਅਕਾਲੀ ਦਲ ਨੇ ਮਾਰਿਆ ਇਸ ਦੇ ਚੱਲਦਿਆਂ ਸੁਨੀਲ ਜਾਖੜ ਨੇ ਜਿਹੜੇ ਉਹ ਗੁਰਜੀਤ ਸੋਢੀ ਦੇ ਖਿਲਾਫ਼ ਇੱਕ ਫੇਰ ਕਾਰਵਾਈ ਦੀ ਮੰਗ ਕੀਤੀ ਆ ਕੋਈ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਅਤੇ ਇੱਕ ਹੋਰ ਧੰਦੇ ਨੂੰ ਲੈ ਕੇ ਉਹਦੀ ਕਾਰਵਾਈ ਦੀ ਮੰਗ ਕੀਤੀ ਆ ਇੱਕ ਨੇ ਫੈਕਟਰੀ ਦਾ ਲਾਇਸੈਂਸ ਲਿਆ ਸੀ 2015 'ਚ ਜੀ ਜੀ 2015 ਦੇ ਵਿੱਚ ਸਰਕਾਰ ਕਿਹਦੀ ਸੀ ਜੀ ਪ੍ਰਕਾਸ਼ ਸਿੰਘ ਬਾਦਲ ਦੀ ਅਤੇ ਸੁਖਬੀਰ ਸਿੰਘ ਬਾਦਲ ਦੀ ਜੀ ਜੀ ਅਤੇ ਫਿਰ ਜਿਹੜਾ ਨਵਜੋਤ ਸਿੱਧੂ ਕਹਿੰਦਾ ਹੈਗਾ ਵੀ 75-25 ਖੇਡਦੇ ਨੇ ਜੀ ਇਹ ਇੱਥੋਂ ਪ੍ਰੂਵ ਨਹੀਂ ਹੁੰਦਾ ਜੀ ਰਾਣਾ ਗੁਰਵੀਰ ਸਿੰਘ ਸੋਢੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ 'ਚੋਂ ਕਿਹਾ ਜਾਂਦਾ ਜੀ ਜੀ ਅਤੇ ਜੇ ਉਹਨੂੰ ਉਹ ਲਾਇਸੈਂਸ ਮਿਲਿਆ ਹੈ ਜੀ ਤਾਂ ਕੋਈ ਨਾ ਕੋਈ ਸਾਂਝ ਦਾ ਨਤੀਜਾ ਤਾਂ ਹੈਗਾ ਜੀ ਹੁਣ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨੇ ਅਤੇ ਉਹ ਟਵੀਟ ਕਰਦੇ ਸੀਗੇ ਮਾਈਨਿੰਗ ਦੇ ਮਾਮਲੇ ਲੈ ਕੇ ਜਾਂ ਹੋਰ ਵੀ ਸ਼ਰਾਬ ਦੇ ਧੰਦਿਆਂ ਨੂੰ ਲੈ ਕੇ ਪਰ ਉਹਨਾਂ ਦੇ ਆਪਦੇ ਵਿਧਾਇਕ ਨੇ ਜਿਹੜੇ ਉਹਨਾਂ ਦੇ ਸਵਾਲ ਖੜ੍ਹੇ ਹੋਣ ਲੱਗ ਗਏ ਇਸੇ ਤਰ੍ਹਾਂ ਹੁਣ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਇਹਦਾ ਮੁੱਦਿਆਂ ਦਾ ਹੱਲ ਕਰਨਗੇ ਤੁਹਾਨੂੰ ਯਾਦ ਹੋਵੇਗਾ ਜਿੱਦਣ ਇਹਨੇ ਸਹੁੰ ਚੁੱਕੀ ਆ ਮੈਂ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਜੀ ਜੀ ਕਿ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਵਾਸਤੇ ਕੰਡਿਆਂ ਦੀ ਸੇਜ ਵਾਲੀ ਆ ਜੀ ਜੀ ਇਹ ਇਸ ਤੋਂ ਘੱਟ ਨਹੀਂ ਹੈ ਜੀ ਕਿਉਂਕਿ ਜਿਹੜੇ ਮੁੱਦੇ ਉਹਨੇ ਉਠਾਏ ਨੇ ਉਹਦੇ ਵਿੱਚ ਅਕਾਲੀ ਵੀ ਭਾਜਪਾ ਵੀ ਜੀ ਤੇ ਕਾਂਗਰਸ ਵਾਲੇ ਵੀ ਸ਼ਾਮਲ ਨੇ ਜੀ ਇਹ 75-25 ਮਿਲ ਕੇ ਖੇਡੀ ਜਾ ਰਹੀ ਹੈ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਵੱਖ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ ਇਹ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੁਖਵੀਰ ਭੰਗੂ ਜੀ ਜਿਸ ਤਰ੍ਹਾਂ ਹੁਣ ਢਿੱਲੋਂ ਸਾਹਿਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਤਕਰਾਰ ਚੱਲ ਰਿਹਾ ਸੀਗਾ ਅਤੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਨੇ ਪਰ ਉੱਥੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਅਤੇ ਅੱਜ ਉਹਨਾਂ ਦੀ ਫਿਰ ਇੱਕ ਮੀਟਿੰਗ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਮਿਲਣ ਪਹੁੰਚੇ ਨੇ ਉਹਦੇ ਬਾਰੇ ਕੀ ਕਹਿਣਾ ਜੀ ਪਹਿਲਾਂ ਤਾਂ ਇਹ ਗੱਲ ਕਹੀਏ ਕਿ ਸ਼ੁਕਰ ਹੈ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਵਲ ਸਕੱਤਰ ਵਾਲੇ ਦਫ਼ਤਰ ਦੇ ਵਿੱਚ ਪਹੁੰਚੇ ਜੀ ਪਹਿਲਾਂ ਤਾਂ ਉਹ ਦਫ਼ਤਰ ਨੂੰ ਅਲੋਪੇ ਕਰਤਾ ਸੀ ਦਫ਼ਤਰ ਨੂੰ ਭੁੱਲ ਹੀ ਗਏ ਸੀਗੇ ਇੱਕ ਕਿਸਮ ਦਾ ਤਾਲਾ ਮਾਰਿਆ ਹੋਇਆ ਸੀ ਇਕੱਲੇ ਅਧਿਕਾਰੀ ਉੱਥੇ ਬਹਿ ਬੂ ਕੇ ਮੁੜੇ ਆਉਂਦੇ ਸੀਗੇ ਤਾਂ ਇਹ ਜਿਹੜਾ ਕਾਂਗਰਸ ਦੇ ਵਿੱਚ ਬਦਲਾਅ ਕੀਤਾ ਗਿਆ ਇਹਨਾਂ ਦੀ ਹਾਈਕਮਾਨ ਨੇ ਬੀਬੀ ਸੋਨੀਆ ਗਾਂਧੀ ਜਾਂ
ਰਾਹੁਲ ਗਾਂਧੀ ਜੀ, ਪ੍ਰਿੰਕਾ ਗਾਂਧੀ, ਇਹਨਾਂ ਸਾਰਿਆਂ ਨੇ ਮਿਲ ਕੇ 3 ਮੈਂਬਰੀ ਕਮੇਟੀ, ਮਲਕਰਜਨ ਖੜਗੇ ਇਹਨਾਂ ਦੇ ਨਾਲ, ਹਰੀਸ਼ ਰਾਵਤ ਅਤੇ ਮਿਸਟਰ ਤੀਜੇ ਸੀਗੇ ਗੋਇਲ ਜੀ, ਅਗਰਵਾਲ ਇੱਕ ਗੋਇਲ, ਉਹ ਤਿੰਨਾਂ ਨੇ। ਸੋ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੁਝ ਲੱਗਦਾ ਵੀ ਨਿਵੇਕਲਾ ਕਰਨਾ ਚਾਹੁੰਦੇ ਨੇ ਜੀ। ਕਈ ਵਾਰੀ ਬੰਦੇ ਦੇ ਕੋਲੋਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਜਾਂਦੀਆਂ ਨੇ, ਪਰ ਜਿਵੇਂ ਉਹਨਾਂ ਗੱਲਾਂ ਨੂੰ ਉਛਾਲਿਆ ਜਾ ਰਿਹਾ, ਇਹ ਗੱਲਾਂ ਦੇ ਵਿੱਚ ਲੱਗਦਾ ਜੀ ਕਿ ਕੁਝ ਸਿਆਸੀ ਧਿਰਾਂ ਨੂੰ ਇਹ ਸਾਰਾ ਕੁਝ ਮਨਜ਼ੂਰ ਨਹੀਂ ਲੱਗਦਾ ਜੀ, ਉਹ ਇਹਦੇ ਪਿੱਛੇ ਪਏ ਹੋਏ ਨੇ ਜੀ। ਸੁਖਵੀਰ ਜੀ, ਉਦਣ ਜਿਹੜਾ ਮਾਹੌਲ ਬਣਿਆ, ਆਪਾਂ ਕਈ ਵਾਰੀ ਕਹਿ ਚੁੱਕੇ ਹਾਂ ਕਿ ਉਮਰ 'ਚ ਵੱਡੀ ਹੋਣ ਦੇ ਨਾਤੇ ਨਵਜੋਤ ਸਿੰਘ ਸਿੱਧੂ ਨੂੰ ਕੁਝ ਸ਼ਿਸ਼ਟਾਚਾਰ ਦਾ ਖਿਆਲ ਰੱਖਣਾ ਚਾਹੀਦਾ ਸੀ, ਉਹਨਾਂ ਨੂੰ ਸਤਿਕਾਰਤ ਸ਼ਬਦ ਵਰਤਣੇ ਚਾਹੀਦੇ ਆ। ਸੋ ਇਹਦੇ ਬਾਵਜੂਦ ਵੀ ਕੱਲ੍ਹ ਜਦੋਂ ਉਹਨਾਂ ਨੇ 4 ਕਾਰਜਕਾਰੀ ਪ੍ਰਧਾਨਾਂ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ, ਉੱਥੇ ਕੁਝ ਹੋਰ ਕਾਂਗਰਸੀ ਆਗੂ ਵੀ ਸ਼ਾਮਿਲ ਹੋਏ, ਕਈਆਂ ਨੇ ਆਪਦੀਆਂ ਗੱਲਾਂ ਬਾਤਾਂ ਵੀ ਰੱਖੀਆਂ, ਕਈਆਂ ਨੇ ਕੁਝ ਕਿਹਾ, ਕਈਆਂ ਨੇ ਕੁਝ ਕਿਹਾ, ਉਹਨਾਂ ਨੇ ਜਿਹੜਾ ਕੁਛ ਕਿਹਾ ਨਾ, ਉਸ ਤੋਂ ਬਾਅਦ ਅੱਜ ਜੀ ਹੁਣ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋ ਰਹੀ ਹੈ ਜੀ ਜੀ। ਜੇ ਇੰਨੇ ਕੁਛ ਦੇ ਬਾਵਜੂਦ ਕੈਪਟਨ ਸਾਹਿਬ ਦੁਆਰਾ ਨਵਜੋਤ ਸਿੰਘ ਸਿੱਧੂ ਨਾਲ ਬੈਠ ਗਿਆ, ਮੇਰਾ ਖਿਆਲ ਦੋਹਾਂ ਆਗੂਆਂ ਨੂੰ ਜਿਹੜੀਆਂ ਪਿਛਲੀ ਕੁੜੱਤਰਾਂ ਨੇ ਉਹਨੂੰ ਹੁਣ ਖਤਮ ਕਰਨਾ ਚਾਹੀਦਾ ਜੀ ਜੀ। ਜਿਹਦੇ ਤੋਂ ਜਿਹੜੀਆਂ ਗਲਤੀਆਂ ਕੋਈ ਹੋ ਗਈਆਂ ਨੇ ਉਦੋਂ ਛੱਡ ਕੇ, ਜੇ ਇਹਨਾਂ ਨੇ 2022 ਦੇ ਵਿੱਚ ਕਾਂਗਰਸ ਦੀ ਕੋਈ ਛਵੀ ਸੁਧਾਰਨੀ ਹੈ ਜਾਂ ਕਾਂਗਰਸ ਨੂੰ ਮੁੜ ਸੱਤਾ 'ਚ ਲਿਆਉਣਾ ਹੈਗਾ, ਤਾਂ ਦੋਨਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਜੀ ਜੀ। ਜਿਹੜੀ ਅੱਜ ਇਹ ਮੀਟਿੰਗ ਹੋ ਰਹੀ ਹੈ, ਇਹ ਬਹੁਤ ਸਾਰੇ ਭਰਮ ਭੁਲੇਖੇ ਦੂਰ ਵੀ ਕਰ ਦੇਗੀ। ਮੀਟਿੰਗ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਕਿਤੇ ਇਹ ਤਾਂ ਨਹੀਂ ਕਿ ਪੁਰਾਣੇ ਗਿਲੇ ਸ਼ਿਕਵੇ ਲੈ ਕੇ ਫਿਰ ਦੂਰੀਆਂ ਵਧਣ, ਪਰ ਦੱਸਿਆ ਜਾ ਰਿਹਾ ਜੋ ਸੂਤਰਾਂ ਦੀ ਹਵਾਲੇ ਨਾਲ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਜਿਹੜੇ 4 ਕਾਰਜਕਾਰੀ ਪ੍ਰਧਾਨ ਨੇ ਉਹ ਵੀ ਨਾਲ ਨੇ, ਕੈਪਟਨ ਸਾਹਿਬ ਨਾਲ ਬੈਠ ਕੇ ਗੱਲਬਾਤ ਕਰ ਰਹੇ ਨੇ। ਜਿਹੜੀ ਮੇਰੇ ਸੂਤਰਾਂ ਦੀ ਜਾਣਕਾਰੀ ਹੈ, ਉਹਦੇ ਵਿੱਚ ਦੋ ਮੁੱਦੇ ਸਭ ਤੋਂ ਪਹਿਲਾਂ ਲਏ ਗਏ ਨੇ ਜੀ ਜੀ। ਇੱਕ ਤਾਂ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਸਜਾਵਾਂ ਜੀ ਜੀ, ਅਤੇ ਦੂਜਾ ਨਸ਼ੇ ਦਾ ਜਿਹੜਾ ਮਾਮਲਾ ਹੈਗਾ, ਤੀਜਾ ਜੇ ਆਪਾਂ ਕਹਿ ਦਈਏ ਮਾਈਨਿੰਗ ਦਾ ਜੀ ਜੀ। ਜਿਹੜਾ ਦੋ ਮਾਮਲੇ ਨੇ, ਇਹਨਾਂ ਦੇ ਉੱਤੇ ਪਹਿਲ ਕੀਤੀ ਜਾ ਰਹੀ ਹੈ, ਕਿਉਂਕਿ ਤੁਹਾਨੂੰ ਪਤਾ ਕਿ ਹਾਈ ਕੋਰਟ ਦੇ ਵਿੱਚ ਜਿਹੜੇ ਨਸ਼ਿਆਂ ਵਾਲੇ ਦੀਆਂ ਦੋ ADGP ਨੇ ਇਹਦੀ ਜਾਂਚ ਕੀਤੀ ਸੀ, ਇੱਕ ਮਿਸਟਰ ਚਟੋਪਾਧਿਆ ਜੀ ਜੀ, ਸਿਧਾਰਥ ਚਟੋਪਾਧਿਆ, ਅਤੇ ਦੂਜਾ ਹਰਪ੍ਰੀਤ ਸਿੰਘ ਸਿੱਧੂ, ਦੋਨੇ ADGP ਰੈਂਕ ਦੇ ਅਧਿਕਾਰੀ ਨੇ, ਉਹ ਲਿਫਾਫੇ ਹਾਈਕੋਰਟ ਦੇ ਵਿੱਚ ਸੀਲਬੰਦ ਪਏ ਨੇ। ਉਹ ਖਿਲਾਉਣੇ ਕਿਹਨੇ ਸੀ, ਹੁਣ ਤੱਕ ਕਿਉਂ ਨਾ ਖਿਲਾਏ ਗਏ? ਤਾਂ ਇਹ ਇਸ ਵੇਲੇ ਦੀ ਸਥਿਤੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਉਠਾਇਆ, ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਇਹ ਦੋ ਅਤੇ ਤੀਜਾ ਮਾਈਨਿੰਗ ਵਾਲਾ ਜਿਹੜਾ ਮੁੱਦਾ ਹੈਗਾ, ਇਹ ਜ਼ਰੂਰ ਡਿਸਕਸ ਕੀਤਾ ਹੋਊਗਾ। ਜਿਹੜਾ ਪ੍ਰਸ਼ਾਸਨਿਕ ਢਾਂਚਾ, ਮੰਤਰੀ ਮੰਡਲ ਅਤੇ ਕਾਂਗਰਸ ਦਾ ਜਿਹੜਾ ਢਾਂਚਾ ਹੈਗਾ, ਉਹਦੇ ਵਿੱਚ ਵੀ ਬਦਲਾਅ ਪ੍ਰਤੀ ਸਿੱਧੂ ਕਾਫੀ ਤਤਪਰ ਨੇ। ਇੱਕ ਉਹਨਾਂ ਨੇ ਐਲਾਨ ਕਰਤਾ ਕਿ ਜਿਹੜੀ ਇਹ ਕਾਰਜਕਾਰੀ ਪ੍ਰਧਾਨਾਂ ਦੀ ਮੀਟਿੰਗ ਹੈ, ਉਹ ਹਰ ਮਹੀਨੇ ਦੋ ਵਾਰੀ ਹੋਇਆ ਕਰੇਗੀ, 15 ਦਿਨਾਂ ਬਾਅਦ ਜੀ ਜੀ, ਦੋ ਹਫ਼ਤਿਆਂ ਬਾਅਦ ਇਹ ਮੀਟਿੰਗ ਹੋਇਆ ਕਰੇਗੀ। ਉਹਦੇ ਵਿੱਚ ਜਿਹੜਾ ਹੈਗਾ ਭਵਿੱਖ ਦਾ ਅਤੇ ਇਹਨੂੰ ਕਾਂਗਰਸ ਦੇ ਢਾਂਚੇ ਨੂੰ ਚਲਾਉਣਾ ਕਿਵੇਂ ਆ, ਕਾਂਗਰਸ ਨੂੰ ਅੱਗੇ ਤੋਰਨਾ ਕਿਵੇਂ ਆ, ਇਹ ਸਾਰਿਆਂ 'ਤੇ ਵਿਚਾਰ ਵਟਾਂਦਰਾ ਹੋਇਆ ਕਰੇ ਜੀ ਜੀ। ਜੇਕਰ ਗੱਲ ਕੀਤੀ ਜਾਵੇ ਮਾਈਨਿੰਗ ਨੂੰ ਲੈ ਕੇ, ਤਾਂ ਦਰਸ਼ਨ ਸਿੰਘ ਬਰਾੜ ਨੇ ਜਿਹੜੇ ਉਹਨਾਂ ਦੇ ਬੇਟੇ ਗੁਰਜੰਟ ਸਿੰਘ ਬਰਾੜ ਦੇ ਉੱਤੇ ਇੱਕ ਜੁਰਮਾਨਾ ਕੀਤਾ ਗਿਆ ਸੀਗਾ, ਉਹਨਾਂ ਦੇ ਕ੍ਰੈਸ਼ਰ ਨੂੰ ਲੈ ਕੇ ਜਿਹੜਾ ਚੱਲ ਰਿਹਾ ਸੀਗਾ, ਕਦੇ ਗੈਰ ਜਦੋਂ ਕਾਨੂੰਨੀ ਲਗਾਇਆ ਗਿਆ, ਉਹਦੀ ਕੋਈ ਉਹ ਪਰਮਿਸ਼ਨ ਨਹੀਂ ਲਗੇਗੀ, ਜਿਹੜਾ ਜੰਗਲਾਤ ਮਹਿਕਮੇ ਦੇ ਤੋਂ ਕੋਈ ਵੀ ਪਰਮਿਸ਼ਨ ਨਹੀਂ ਲੇਗੀ, ਉਹ ਲਗਾਇਆ ਗਿਆ, ਉਸ ਨੂੰ ਲੈ ਕੇ ਦੁਬਾਰਾ ਫਿਰ ਇੱਕ ਚਿੱਠੀ ਲਿਖੀ ਗਈ ਹੈ, ਅਤੇ ਉਹਨਾਂ ਨੂੰ ਜੁਰਮਾਨਾ ਭਰਨ ਲਈ ਕਿਹਾ ਗਿਆ, ਉਹਦੇ ਬਾਰੇ ਕੀ ਕਹਿਣਾ ਜੀ? ਦੇਖੋ, ਜੇ ਕੋਈ ਉਲੰਘਣਾ ਕਰੂਗਾ ਤਾਂ ਉਹਦੇ ਵਿੱਚ ਜਿਹੜਾ ਖਨਨ ਵਿਭਾਗ ਆ, ਮਾਈਨਿੰਗ ਵਾਲਾ ਵਿਭਾਗ ਹੈ, ਪਤਾ ਲੱਗਿਆ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਨੂੰ 1.5 ਕਰੋੜ ਦੇ ਕਰੀਬ ਉਹ ਜੁਰਮਾਨਾ ਕੀਤਾ ਗਿਆ ਜੀ ਜੀ। ਇੱਥੇ ਸੁਖਵੀਰ ਜੀ, ਇੰਨੀਆਂ ਲੂ ਪੋਲ ਹੈਗੇ ਨੇ ਕਿ ਉਦੋਂ ਸੀਨੀਅਰ ਅਧਿਕਾਰੀ ਤੋਂ ਚਿੱਠੀ ਲਾ ਕੇ ਇਨਕੁਆਇਰੀ ਲਵਾ ਲੈਂਦੇ ਆ, ਇਨਕੁਆਇਰੀਆਂ ਚੱਲੀ ਜਾਂਦੀਆਂ ਨੇ। ਤੁਹਾਨੂੰ ਯਾਦ ਆਉਣਾ ਕਿ ਜਦੋਂ ਬਿਆਸ ਦਰਿਆ ਦੇ ਵਿੱਚ ਮੱਛੀਆਂ ਮਰੀਆਂ ਸੀ, ਤਾਂ ਪ੍ਰਦੂਸ਼ਣ ਰੋਕਥਾਮ ਬੋਰਡ ਨੇ 5 ਕਰੋੜ ਦਾ ਜੁਰਮਾਨਾ ਕੀਤਾ ਸੀ ਸੰਬੰਧਿਤ ਸ਼ਰਾਬ ਵਾਲੀ ਫੈਕਟਰੀ ਨੂੰ ਜੀ ਜੀ ਜੀ। ਕੀ ਉਹਨਾਂ ਨੇ ਭਰਤਾ ਜੀ? ਕਹਿੰਦੇ ਮਾੜਾ ਮੋਟਾ ਭਰਿਆ, ਬਾਕੀ ਇਨਕੁਆਇਰੀਆਂ ਦੇ ਵਿੱਚ ਤੁਰ ਪੈਂਦਾ ਹੈਗਾ ਜੀ ਜੀ। ਸੋ ਨੀਅਤ ਲਿਆਉਣੀ ਪਵੇਗੀ, ਕਿਉਂਕਿ ਦਰਸ਼ਨ ਸਿੰਘ ਬਰਾੜ ਵਾਲੇ ਪਾਸੇ ਸ਼ਾਇਦ ਜੀ ਉਹਦੇ ਬਾਰੇ ਜੇ ਉਹਨਾਂ ਨੇ ਉਲੰਘਣਾ ਕੀਤੀ ਹੈ ਤਾਂ ਕੋਈ ਬੰਦਾ ਕਹਿ ਵੀ ਨਹੀਂ ਸਕਦਾ ਜੀ ਜੀ ਕਿ
ਤੁਹਾਨੂੰ ਜਿਹੜਾ ਜੁਰਮਾਨਾ ਕੀਤਾ ਗਿਆ ਉਹਨਾਂ ਦੇ ਅਧਿਕਾਰੀ ਦੀ ਮੈਂ ਗੱਲ ਸੁਣੀ ਸੀ, ਉਹ ਕਹਿੰਦੇ ਵੀ ਅਸੀਂ ਜੁਰਮਾਨਾ ਕੀਤਾ ਸੀ, ਉਹਨਾਂ ਨੂੰ ਦੁਬਾਰਾ ਰਿਮਾਈਂਡਰ ਪਾਇਆ। ਜਿਸ ਤਰ੍ਹਾਂ ਸੀਨੀਅਰ ਅਧਿਕਾਰੀ ਉਹਦੇ ਵਿੱਚ, ਕਿਉਂਕਿ ਜਿਹੜੀ ਅਪੀਲ ਹੁੰਦੀ ਆ ਨਾ ਉਹ ਮੌਜੂਦਾ ਅਧਿਕਾਰੀ ਤੋਂ ਉੱਪਰਲੇ ਅਧਿਕਾਰੀ ਦੇ ਕੋਲ ਪੈਂਦੀ ਹੈ, ਫਿਰ ਉਸ ਤੋਂ ਉੱਪਰਲੇ ਕੋਲ ਜਾਂਦੀ ਹੈ। ਇਹਦੇ ਵਿੱਚ ਜਿਵੇਂ ਦਰਸ਼ਨ ਸਿੰਘ ਬਰਾੜ ਨੇ ਕਿਹਾ ਜੀ ਕਾਂਗਰਸ ਮਰੀ ਪਈ ਸੀ, ਉਹਦੇ ਵਿੱਚ ਜਾਨ ਪਾਤੀ ਪਾ, ਬਹੁਤ ਸਾਰੇ ਬੰਦੇ ਹੈ ਜਿਹੜੇ ਕੈਪਟਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਕਾਫੀ ਬੋਲਦੇ ਰਹੇ ਨੇ, ਉਹਦੇ ਵਿੱਚੋਂ ਇਹ ਜਿਹੜੇ ਦਰਸ਼ਨ ਬਰਾੜ ਵੀ ਇੱਕ ਸਨ। ਲੋਕਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਦਰਸ਼ਨ ਸਿੰਘ ਬਰਾੜ ਦੇ ਇਸ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਖੁੱਲ੍ਹ ਕੇ ਕਪਤਾਨ ਸਾਹਿਬ ਦੇ ਖਿਲਾਫ ਬੋਲਿਆ ਸੀ। ਜੇ ਹੁਣ ਕਾਰਵਾਈਆਂ ਸ਼ੁਰੂ ਨੇ ਇਹਦਾ ਮਤਲਬ 4.5 ਸਾਲ ਕਪਤਾਨ ਸਾਹਿਬ ਚੁੱਪ ਹੀ ਰਹੇ। ਜੇ ਕੋਈ ਉਲੰਘਣਾ ਕਰਦਾ ਹੈ ਭਾਵੇਂ ਉਹ ਮੰਤਰੀ ਹੈ, ਸੰਤਰੀ ਹੈ ਜਾਂ ਹੋਰ ਹੈ, ਉਹ ਤਾਂ ਫਿਰ ਸਾਰਿਆਂ 'ਤੇ ਕਾਰਵਾਈ ਇੱਕੋ ਜਿਹੀ ਕੀਤੀ ਜਾਵੇ। ਇਹ ਨਹੀਂ ਹੈ ਵੀ ਇਹ ਚਾਚੇ ਦਾ ਮੁੰਡਾ, ਇਹ ਤਾਏ ਦਾ ਮੁੰਡਾ, ਇਹ ਫਲਾਣੇ ਦਾ ਮੁੰਡਾ, ਇਹ ਭੂਆ ਦਾ ਮੁੰਡਾ, ਇਹ ਮੇਰਾ ਯਾਰ ਹੈ, ਇਹਨੂੰ ਛੱਡ ਦਿਓ। ਜੇ ਕਾਰਵਾਈਆਂ ਹੋਣਗੀਆਂ ਉਹ ਤਾਂ ਫਿਰ ਸਾਰਿਆਂ ਦੇ ਉੱਤੇ ਇੱਕੋ ਜਿਹੀਆਂ ਹੋਣਗੀਆਂ। ਅਗਲੇ ਸਮੇਂ ਦੇ ਵਿੱਚ ਤੁਸੀਂ ਲਾਇਸੈਂਸ ਲਓ, ਲਾਇਸੈਂਸ ਲੈ ਕੇ ਬਣਦੀ ਫੀਸ ਜੋ ਸਰਕਾਰ ਨੇ ਨਿਰਧਾਰਿਤ ਕੀਤੀ ਹੈ ਭਰ ਕੇ ਕਰੋ। ਕੌਣ ਕਹਿੰਦਾ ਹੈਗਾ ਇੱਥੇ ਗਲਤ ਹੈ ਵੀ ਇੱਕ ਬੱਸ ਦਾ ਪਰਮਿਟ ਹੈ, 3-3 ਬੱਸਾਂ ਚੱਲੀ ਜਾਂਦੀਆਂ ਨੇ ਅਤੇ ਫਿਰ ਰੋਡਵੇਜ਼ ਅਤੇ PRTC ਦੇ ਤਾਂ ਪੀਪੇ ਖਾਲੀ ਖੜਕਣਗੇ। ਸੋ ਇਸ ਕਰਕੇ ਜਿਹੜਾ ਦਰਸ਼ਨ ਸਿੰਘ ਬਰਾੜ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਨੋਟਿਸ ਭੇਜਿਆ, ਸੀਨੀਅਰ ਅਧਿਕਾਰੀਆਂ ਕੋਲ ਅਪੀਲ ਹੋਈ ਵੀ ਹੈ ਜਾਂ ਨਹੀਂ, ਇਹ ਅਗਲੇ ਸਮੇਂ ਦੇ ਵਿੱਚ ਇਸ ਮਾਈਨਿੰਗ ਵਿਭਾਗ ਨੂੰ ਸਪਸ਼ਟ ਕਰ ਦੇਣਾ ਚਾਹੀਦਾ। ਜੇਕਰ ਬੇਅਦਬੀ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮੁੱਦਿਆਂ ਦੇ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਆ, ਉਹਦੇ ਬਾਰੇ ਕੀ ਕਹਿਣਾ? ਦੇਖੋ ਕੱਲ੍ਹ ਇੱਕ ਇਕੱਤਰਤਾ ਸੱਦੀ ਸੀਗੀ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ। ਪਹਿਲਾਂ ਤਾਂ ਦੇਖੋ ਕਿੱਡਾ ਹਾਸੋਹੀਣਾ ਕੰਮ ਹੈ ਜੀ ਕਿ ਗੁਰੂ 6ਵੇਂ ਪਾਤਸ਼ਾਹ ਨੇ ਇਹ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਜੀ ਜੀ, ਉਹਦਾ ਜਥੇਦਾਰ ਵੀ ਕਾਰਜਕਾਰੀ ਜੀ, ਉਹ ਵੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਜੀ, ਜਿਹੜੀ ਸਰਵਉੱਚ ਪਦਵੀ ਹੈ ਜੀ, ਉਹਦੇ ਵਿੱਚ ਇਹ ਕਿਉਂ ਜੀ ਇਸ ਤਰ੍ਹਾਂ ਕੀਤਾ ਜਾਵੇ? ਉਹ ਜਥੇਦਾਰ ਸਾਹਿਬ ਦੀ ਕੋਈ ਹਸਤੀ ਹੋਵੇ ਜੀ। ਹੁਣ ਤੱਕ ਜਥੇਦਾਰਾਂ ਨੂੰ ਕਿਵੇਂ ਵਰਤਿਆ ਇਹਨਾਂ ਨੇ ਸਿਆਸੀ ਮਾਮਲਿਆਂ ਵਾਸਤੇ ਜੀ, ਕਿਵੇਂ ਉਹਨਾਂ ਨੂੰ ਕੀਤਾ ਹੈਗਾ? ਚਲੋ ਉਹਨਾਂ ਨੇ ਕੱਲ੍ਹ ਇੱਕ ਇਕੱਤਰਤਾ ਸੱਦੀ ਜਿਹਦੇ ਵਿੱਚ ਕੁਝ ਸਾਬਕਾ ਵਾਈਸ ਚਾਂਸਲਰ, ਕੁਝ ਸਿੱਖ ਵਿਦਵਾਨ, ਆਪਣੇ ਜਿਹੜੇ IG ਰਣਵੀਰ ਸਿੰਘ ਖੱਟੜਾ ਜਿਨ੍ਹਾਂ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਕੀਤੀ ਹੈ, ਉਹ ਵੀ ਸੱਦੇ ਗਏ ਸੀ। ਕਿਹਾ ਕਿ ਅਕਾਲ ਤਖ਼ਤ ਸਾਹਿਬ ਆਪ ਜਥੇਦਾਰ ਸਾਹਿਬ ਆਪ ਕਰਾਉਣ ਜਿਹੜੀ ਉਹਦੀ ਬੇਅਦਬੀਆਂ ਦੀ ਜਾਂਚ ਹੈ। ਇਹ ਇੰਨਾ ਚਿਰ ਅਟਕ ਕੇ ਜਦੋਂ ਚੋਣਾਂ ਨੇੜੇ ਆ ਗਈਆਂ ਹੁਣ ਕਿਉਂ ਯਾਦ ਆ ਗਿਆ? ਬੇਅਦਬੀ ਅੱਜ ਦੀ ਹੋਈ ਹੈ, 2015 ਦੀ ਹੋਈ ਵੀ ਹੈ ਜੀ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਿਉਂ ਨਾ ਕੀਤਾ ਗਿਆ ਜੀ? ਤਾਂ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ, ਇਹਦੇ ਬਾਰੇ ਜਥੇਦਾਰ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ। ਪਰ ਜਿਵੇਂ ਕੁਝ ਜਿਹੜੇ ਸਿੱਖ ਧਰਮ ਦੇ ਵਿੱਚ ਬਖਰੇਵੇਂ ਪਏ ਪਏ ਨੇ, ਵਿਵਾਦ ਪਏ ਪਏ ਨੇ, ਜੇ ਇਹ ਕਮੇਟੀ ਉਹਨਾਂ ਦਾ ਕੋਈ ਠੋਸ ਹੱਲ ਕੱਢ ਦਿੰਦੀ ਹੈ ਤਾਂ ਇੱਕ ਚੰਗਾ ਗੱਲ ਹੈਗੀ, ਚੰਗਾ ਕਦਮ ਹੈ, ਹੋਣਾ ਚਾਹੀਦਾ। ਇਹਨਾਂ ਦਾ ਲੰਬੇ ਸਮੇਂ ਤੋਂ ਬਹੁਤ ਸਾਰੇ ਮਸਲੇ ਲਟਕਦੇ ਪਏ ਨੇ, ਉਹਨਾਂ ਨੂੰ ਜੇ ਹੱਲ ਕਰਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਕਦਮ ਉਠਾਇਆ ਤਾਂ ਬੜੀ ਵਧੀਆ ਗੱਲ ਹੈ। ਪਰ ਦੂਜੇ ਪਾਸੇ ਜਿਹੜਾ 328 ਸਰੂਪਾਂ ਵਾਲੇ ਮਾਮਲੇ ਦੇ ਵਿੱਚ ਗਿਆਨੀ ਜੀ ਨੇ ਕੀਤਾ ਕੀ ਹੈ, ਉਹਦੇ ਬਾਰੇ ਕੋਈ ਸਪਸ਼ਟਤਾ ਨਜ਼ਰ ਨਹੀਂ ਆ ਰਹੀ, ਉਹ ਨਾਲ ਦੀ ਨਾਲ ਤੁਰਿਆ ਫਿਰਦਾ ਹੈਗਾ। ਇਸ ਕਰਕੇ ਗਿਆਨੀ ਜੀ ਜੇ ਕਰਨਾ ਚਾਹੁੰਦੇ ਹੈ ਕਿਤੇ, ਇਹ ਤਾਂ ਨਹੀਂ ਕਿ ਸਿਆਸੀ ਧਿਰ ਪਿਛਲੇ ਪਾਸਿਓਂ 2022 ਵਿੱਚ ਫੇਰ ਪੰਥ ਨੂੰ ਵਰਤਣ ਵਾਸਤੇ ਕੋਈ ਕਦਮ ਤਰੀ ਕੀਤਾ ਜਾ ਰਿਹਾ ਹੈ? ਇਹ ਤਾਂ ਮਾਮਲੇ 'ਚ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ। ਪਰ ਜੇ ਜਿਹੜੇ ਮਸਲੇ ਉਠਾਏ ਗਏ ਨੇ, ਜੇ ਇਹਨਾਂ ਮਸਲਿਆਂ ਦੇ ਉੱਤੇ ਸਿਰ ਜੋੜ ਕੇ ਬੈਠ ਕੇ ਕੋਈ ਠੋਸ ਹੱਲ ਕੱਢਿਆ ਜਾਂਦਾ, ਇਹ ਇੱਕ ਚੰਗਾ ਕਦਮ ਜੀ। ਉਧਰੋਂ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨੇ ਕਿ ਬੇਅਦਬੀ ਮੁੱਦੇ 'ਤੇ ਅਸੀਂ ਜਾਂਚ ਕਰਾਂਗੇ। ਉੱਧਰੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਇੱਕ ਦਿਨ ਹੋਈ ਬਿਆਨ ਦਿੰਦੇ ਨੇ ਵੀ ਅਸੀਂ ਚਰਚਾ ਕਰਾਂਗੇ, ਇਹਦੇ ਪਿੱਛੇ ਕੋਈ ਕਾਰਨ ਤਾਂ ਹੋਊਗਾ? ਦੇਖੋ ਜਿਹੜਾ ਬੇਅਦਬੀ ਮੁੱਦਾ ਹੈਗਾ, ਬੇਅਦਬੀ ਮੁੱਦਾ ਨਿਕਲਿਆ ਸੀਗਾ ਇਹਨਾਂ ਦੀਆਂ ਵੋਟਾਂ 'ਚੋਂ ਜੀ। ਉਹਦੇ ਮੈਂ ਪਿੱਛੇ ਚੱਲ ਜਾਂ ਥੋੜ੍ਹਾ ਜਿਹਾ, 2007 ਦੇ ਵਿੱਚ ਜਦੋਂ ਚੋਣਾਂ ਆਈਆਂ ਤਾਂ ਸੌਦਾ ਸਾਧ ਨਾਲ ਸੌਦਾ ਕੈਪਟਨ ਅਮਰਿੰਦਰ ਸਿੰਘ ਨੇ ਮਾਰ ਲਿਆ ਜੀ। ਮਾਲਵੇ ਦੀਆਂ 67 ਸੀਟਾਂ ਦੇ ਵਿੱਚੋਂ 39 ਸੀਟਾਂ ਉਹ ਜਿੱਤ ਕੇ ਲੈ ਗਏ ਜੀ। ਜਿਹੜੀ ਅਕਾਲੀ ਸਰਕਾਰ ਬਣੀ ਉਹ ਮਾਝੇ ਅਤੇ ਦੁਆਬੇ ਕਰਕੇ ਬਣੀ ਜੀ। ਦੂਜੀ ਚੀਜ਼, ਉਸ ਤੋਂ ਬਾਅਦ ਜਦੋਂ 2012 ਦੀਆਂ ਚੋਣਾਂ ਆਉਣਾ ਸੀ, ਇਸ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਉਹ ਆਇਆ ਸਾਂਗ ਰਚ ਕੇ, ਜਿਵੇਂ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਤਾਂ ਇਹਨੇ ਸ਼ਰਬਤ ਪਿਲਾ ਕੇ ਕੜਾਏ 'ਚ ਰੂਹ ਅਫਜ਼ਾ ਘੋਲ ਕੇ ਕਹਿੰਦਾ ਵੀ ਮੈਂ ਜਾਮੇ ਇਨਸਾਂ ਪਿਲਾ ਰਿਹਾ, ਇਹਨਾਂ ਨੂੰ ਇਨਸਾਨ ਬਣਾ ਰਿਹਾ। ਇਨਸਾਨ ਤਾਂ ਬੰਦਾ ਜੰਮਦਾ ਹੈਗਾ ਜੀ। ਅਤੇ ਉਹਦੇ ਮਾਮਲੇ ਦੇ ਵਿੱਚ 295 ਏ ਦਾ ਪਰਚਾ ਦਰਜ ਹੋਇਆ ਸੀ। ਫਿਰ ਡੇਰੇ ਵਾਲੇ ਦੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ ਇੱਕ ਸੌਦਾ ਅਕਾਲੀ ਦਲ ਨੇ ਮਾਰਿਆ। ਇਹ ਇੱਕ ਪਾਸੇ ਇਹਨਾਂ ਨੇ 2007 ਦੇ ਵਿੱਚ ਰੋਟੀ ਬੇਟੀ ਦੀ ਸਾਂਝ ਤਿਆਗੀ ਡੇਰੇ ਵਾਲਿਆਂ ਦੀ, ਅਤੇ ਆਪ ਹੀ ਉਹਦੀਆਂ ਵੋਟਾਂ ਮੰਗਣ ਵਾਸਤੇ ਸਨੇ ਪ੍ਰਕਾਸ਼ ਬਾਦਲ ਬੜਾ ਲੰਬਾ ਸਾਰਾ ਕੋਟ ਪਾ ਕੇ ਉਹਦੇ ਚਰਨਾਂ 'ਚ ਖੜ੍ਹੇ ਨੇ।
ਮਤਲਬ ਇੱਕ ਪਾਸੇ ਅਸੀਂ ਆਪਣੇ ਆਪ ਨੂੰ ਪੰਥਕ ਧਿਰਕਾ ਹੁੰਦੇ ਹਾਂ, ਦੂਜੇ ਪਾਸੇ ਇੱਕ ਦੇਹ ਧਰਗੇ ਦੇ ਸਾਹਮਣੇ ਜਾ ਕੇ ਬਹਿੰਦੇ ਹਾਂ। ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਦੂਜਾ ਕੋਈ ਗੁਰੂ ਹੋ ਹੀ ਨਹੀਂ ਸਕਦਾ। ਫਿਰ ਉਹ ਜਿਹੜਾ ਸਰਸੇ ਵਾਲਾ ਸਾਧ ਸੀ ਉਹਦੇ ਚਰਨਾਂ 'ਚ ਬੈਠਣ ਦਾ ਕੀ ਮਤਲਬ ਸੀ? ਉਹ 295 ਏ ਦਾ ਪਰਚਾ ਬਿਲਕੁਲ ਵੋਟਾਂ ਤੋਂ ਪਹਿਲਾਂ ਵਾਪਸ ਕੀਤਾ ਗਿਆ। ਉਸ ਤੋਂ ਬਾਅਦ ਉਹਦੀਆਂ ਫਿਲਮਾਂ ਚਲਾਉਣ ਵਾਸਤੇ ਗੱਲ ਕੀਤੀ, ਇਹ ਸਾਰੇ ਕੁਛ ਦੇ ਵਿੱਚੋਂ ਬੇਅਦਬੀ ਨਿਕਲੀ, ਕਿਉਂਕਿ ਉਹਨਾਂ ਦਾ ਜਿਹੜਾ ਸੀਗਾ ਸਰਸੇ ਵਾਲੇ ਸਾਧ ਦੇ ਉਲਟ ਭਾਈ ਮਾਝੀ ਅਤੇ ਪੰਥ ਫਰੀਦ ਸਿੰਘ ਹੋਰਾਂ ਨੇ ਦੀਵਾਨ ਲਾਏ ਕੋਟਕਪੂਰਾ ਦੇ ਵਿੱਚ। ਉਹਨਾਂ ਦੇ ਵਿੱਚ ਸ਼ਾਇਦ 15 ਦੀ ਗੱਲ ਹੈ, ਇਹ ਅਕਤੂਬਰ 15 ਦੀ, ਉਹਦੇ ਵਿੱਚ ਜਿਹੜਾ ਸੀਗਾ ਮੈਨੂੰ ਪੂਰੀ ਡੇਟ ਪੂਰੀ ਯਾਦ ਨਹੀਂ, ਉਹਦੇ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰਿਆਂ ਨੇ ਸਰਸੇ ਵਾਲੇ ਦੇ ਤਵੀਤ ਚਲਾ ਚਲਾ ਮਾਰੇ। ਉਹ ਜਦੋਂ ਪੈਰਾਂ ਥੱਲੇ ਆਏ ਤਾਂ ਇਹ ਗੱਲ ਸੌਦਾ ਸਾਧ ਕੋਲ ਪਹੁੰਚੀ, ਉਹਦੀ ਜਿਹੜੀ ਉਹ 11-12 ਮੈਂਬਰੀ ਟੀਮ ਹੈ ਉਹਦੇ ਵਿੱਚੋਂ ਪਤਾ ਲੱਗਿਆ, ਜੋ ਜਿਹੜੀ ਜਾਂਚ ਹੋਈਆਂ ਨੇ ਉਹਦੀਆਂ ਸੂਤਰਾਂ ਦੇ ਹਵਾਲੇ ਨਾਲ ਖਬਰ ਨਿਕਲੀ ਹੈ ਕਿ ਉਹਨਾਂ ਨੇ ਕਿਹਾ ਸੀ ਬਦਲਾ ਲਵਾਂਗੇ, ਇਸੇ ਤਰ੍ਹਾਂ ਤੁਹਾਡੇ ਗੁਰੂ ਨੂੰ ਪੈਰਾਂ 'ਚ ਲਟਾਲਾਂਗੇ। ਗੁਰੂ ਗ੍ਰੰਥ ਸਾਹਿਬ ਲਲਕਾਰ ਕੇ ਲੈ ਕੇ ਗਏ ਹੋਣ, ਇਹ ਕਿਹਾ ਹੋਵੇ ਸਾਡੇ ਕੋਲੇ ਆ, ਤੇ ਜਿਹੜੇ ਪੰਥਕ ਸਰਕਾਰ ਕਹਾਉਂਦੇ ਸੀ ਡੇਰੇ ਵਾਲੇ ਦੀਆਂ ਫਿਲਮਾਂ ਵੀ ਚਲਾਈਆਂ, ਉਹਦੇ ਪੋਸਟਰਾਂ ਦੇ ਸਾਹਮਣੇ ਉਦੋਂ ਪਹਿਲਾਂ ਕਿਸਾਨੀ ਰੂਪ ਦੇ ਵਿੱਚ ਜਿਵੇਂ ਹੁਣ ਬੈਠੇ ਸੜਕਾਂ 'ਤੇ ਲੋਕ ਬੈਠੇ ਹੋਏ ਸਨ, ਉਹਦੇ 'ਚੋਂ ਇਹ ਬੇਅਦਬੀ ਸਾਹਮਣੇ ਨਿਕਲ ਕੇ ਆਈ। ਤਾਂ ਜਦੋਂ ਪੰਥਕ ਸਰਕਾਰ ਵਾਲੇ ਸੀ 2 ਸਾਲ ਦੇ ਵਿੱਚ ਕੱਖ ਨਾ ਕੀਤਾ, ਈਵਨ ਜਿਹੜਾ ਜੋਰਾ ਸਿੰਘ ਕਮਿਸ਼ਨ ਬਣਾਇਆ ਉਹਦੀ ਰਿਪੋਰਟ ਵੀ ਕਿਸੇ ਪਾਏਦਾਰ ਬੰਦੇ ਨੇ ਨਹੀਂ ਲਈ, 4.5 ਸਾਲ ਇਹਨਾਂ ਨੇ ਲਾਤੇ। ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ, ਹਰਮੰਦਰ ਸਿੰਘ ਗਿੱਲ, ਚਰਨਜੀਤ ਸਿੰਘ ਚੰਨੀ, ਫੂਲਕਾ ਸਾਹਿਬ, ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਦੇ ਵਿੱਚ ਝੂਲੀਆਂ ਅੱਡੀਆਂ ਸੀ ਕਿ ਅਸੀਂ ਬੇਅਦਬੀ ਦੇ ਮਾਮਲੇ ਦੇ ਵਿੱਚ ਕੋਈ ਇਨਸਾਫ਼ ਕਰ ਦਈਏ, ਜੇ ਅਸੀਂ ਇਨਸਾਫ਼ ਇਹ ਨਾ ਕੀਤਾ ਤਾਂ ਸਾਡਾ ਹਾਲ ਵੀ ਅਕਾਲੀਆਂ ਵਾਲਾ ਹੋਣਾ ਜਿਹੜਾ 2017 'ਚ ਉਹਨਾਂ ਦਾ ਹੋਇਆ। ਸੋ ਉਸ ਦੇ ਵਿੱਚੋਂ ਜਿਹੜੇ ਇਹ ਆਗੂ ਨੇ, ਭਾਵੇਂ ਰੰਧਾਵਾ ਸਾਹਿਬ ਹੁਣ, ਸੁਖਜਿੰਦਰ ਸਿੰਘ ਰੰਧਾਵੇ ਨੇ ਇੱਥੋਂ ਤੱਕ ਗੱਲ ਕਹਿਤੀ ਕਿ ਉਹਨਾਂ ਦਾ ਮੋਰਚਾ ਅਸੀਂ ਉਠਾ ਕੇ ਆਏ ਸੀ ਭਾਈ ਮੰਡ ਦਾ, ਉੱਧਰੋਂ ਭਾਈ ਮੰਡ ਨੇ ਉਹਦੇ ਕੋਲ ਮਤਵਾਜੀ ਜਥੇਦਾਰ ਦਾ ਅਹੁਦਾ, ਉਹਨੇ ਇਹ ਤਲਬ ਕਰ ਲਿੱਤੇ 2 ਮੰਤਰੀ ਅਤੇ 3 ਵਿਧਾਇਕ ਵੀ ਆਓ ਸਾਡੇ ਕੋਲ ਅਕਾਲ ਤਖ਼ਤ 'ਤੇ ਪੇਸ਼ ਹੋਵੋ। ਸੋ ਕਾਫ਼ੀ ਹਾਸੋਹੀਣੀ ਸਥਿਤੀ ਬਣੀ ਵੀ ਹੈ। ਹੁਣ ਨਵਜੋਤ ਸਿੱਧੂ ਹੋਰੀ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ, ਉੱਧਰੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਕਹਿਤਾ ਸਾਡੀ ਸਰਕਾਰ ਬਣਾਓ, 6 ਮਹੀਨਿਆਂ ਦੇ ਵਿੱਚ ਇਹਦੇ 'ਤੇ ਇਨਸਾਫ ਦੇ ਦਿਆਂਗੇ। ਇਹਨਾਂ ਨੇ ਕਾਂਗਰਸੀਆਂ ਨੇ ਵੀ ਇਹੀ ਕਿਹਾ ਸੀ, ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਸੀ ਕਿ ਨਸ਼ੇ ਬੰਦ ਕਰ ਦਿਆਂਗੇ, ਨਸ਼ੇ ਬੰਦ ਹੋ ਗਏ। ਨਸ਼ਿਆਂ ਦੀ ਜਿਹੜੀ ਰਿਪੋਰਟ ਪਈ ਆ ਹਾਈ ਕੋਰਟ ਦੇ ਵਿੱਚ 4.5 ਸਾਲ 'ਚ ਤਾਂ ਉਹ ਨਹੀਂ ਖੁੱਲ੍ਹੀ ਇਹਨਾਂ ਤੋਂ। ਸੋ ਇਹ ਜਿਹੜੇ ਗੰਭੀਰਤਾ ਵਾਲੇ ਮੁੱਦੇ ਨੇ, ਇਹਦੇ ਬਾਰੇ ਜਥੇਦਾਰ ਸਾਹਿਬ ਵੀ ਕਹਿ ਰਹੇ ਹੈ, ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਬਾਜਵਾ ਵੀ ਕਹਿ ਰਹੇ ਨੇ, ਪਰ ਇਹਦੇ ਵਿੱਚ ਇਨਸਾਫ਼ ਕੀ ਦਿੱਤਾ ਜਾ ਰਿਹਾ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਅੱਜ ਦੀ ਮੀਟਿੰਗ ਦੇ ਵਿੱਚ ਕੀ ਹੁੰਦਾ, ਕੀ ਉਹਦੇ ਵਿੱਚ ਤੈਅ ਹੁੰਦਾ ਕਿ ਅਗਲੇ 15 ਦਿਨਾਂ ਦੇ ਵਿੱਚ ਵਿੱਚ ਹਾਈ ਕੋਰਟ 'ਚ ਜਾਂ ਅਰਜ਼ੀ ਦੇ ਕੇ ਇਹ ਰਿਪੋਰਟ ਜੱਗ ਜ਼ਾਹਰ ਕਰਾਈ ਜਾਏਗੀ, ਇਹ ਰਿਪੋਰਟ 'ਚ ਹੈ ਕੀ ਹੈ? ਪਤਾ ਸੂਤਰਾਂ ਤੋਂ ਇਹ ਲੱਗਦਾ ਕਿ ਇਹ ਰਿਪੋਰਟ ਦੇ ਵਿੱਚ ਜਿਹੜਾ ਵੱਡੇ ਘਰਾਂ ਵਾਲਾਂ ਨੂੰ ਕੁਝ ਮਾੜਾ ਮੋਟਾ ਜਾ ਰਿਹਾ ਰਾਹ, ਜਿਹਦੇ ਕਰਕੇ ਉਹਨਾਂ ਦੇ ਵਿੱਚ ਵੀ ਅਜੀਬ ਕਿਸਮ ਦੀ ਸਥਿਤੀ ਬਣੀ ਹੋਈ। ਜੀ ਜੀ, ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਵੋਟਾਂ ਦੀ ਭੇਟ ਚਾੜਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਅੰਗ ਨੇ ਉਹ ਗਲੀਆਂ 'ਚ ਵੋਟਾਂ ਕਰਕੇ ਜਿਹੜੇ ਉਹ ਰੋਲੇ ਗਏ ਨੇ, ਇਹ ਹੈ ਹੀ ਵੋਟ ਰਾਜਨੀਤੀ ਦੇ ਉੱਤੇ ਸਾਰਾ ਕੁਛ ਹੈਗਾ। ਤੋ ਉਹ ਪੰਥਕ ਖਵਾਉਣ ਵਾਲਿਆਂ ਦੇ ਪੱਲੇ ਸ਼ਰਮ ਕਿਉਂ ਨਾ ਆਈ? ਜੀ ਜੀ, ਉਹਨਾਂ ਨੇ ਫਿਰ ਉਹਨੂੰ ਮਾਫ਼ੀ ਦਿੱਤੀ। ਜੀ, ਮਾਫ਼ੀ ਵੀ ਮੁੱਖ ਮੰਤਰੀ ਦੀ ਕੁਰਸੀ, ਮੁੱਖ ਮੰਤਰੀ ਦੀ ਕੋਠੀ ਬੁਲਾ ਕੇ ਐਲਾਨ ਕੀ ਦੱਸਿਆ ਗਿਆ ਵੀ ਆਹ ਕਰੋ। ਜੀ ਜੀ, ਕਦੇ ਜਥੇਦਾਰ ਸਾਹਿਬਾਨਾਂ ਨੂੰ ਵੀ ਕੋਠੀਆਂ 'ਚ ਬੁਲਾਇਆ ਜਾਂਦਾ ਹੈਗਾ। ਸੋ ਇਹਦੇ ਵਿੱਚੋਂ ਇਹ ਸਾਰਾ ਕੁਛ ਨਿਕਲ ਕੇ ਆਇਆ, ਲਲਕਾਰ ਕੇ ਕਿਹਾ ਹੋਵੇ ਤੁਹਾਡਾ ਗੁਰੂ ਸਾਡੇ ਕੋਲ, ਸਾਡੇ ਪੱਲੇ ਕੀ ਰਹਿ ਜਾਂਦਾ? ਜੀ ਜੀ, ਜਦੋਂ ਸਰਕਾਰ ਪੰਥ ਖਵਾਉਣ ਵਾਲਿਆਂ ਦੀ ਹੋਵੇ, ਜਦੋਂ ਸੱਤਾ 'ਚ ਹੁੰਦੇ ਨੇ ਤਾਂ ਕੁਝ ਨਹੀਂ ਹੈਗਾ, ਜਦੋਂ ਸੱਤਾ 'ਚੋਂ ਬਾਹਰ ਹੋ ਗਏ ਪੰਥ ਨੂੰ ਜਦੇ ਖਤਰਾ ਹੋ ਜਾਂਦਾ। ਹੁਣ ਤੱਕ ਇਹਨਾਂ ਦਾ ਇਤਿਹਾਸ ਇਹੀ ਰਿਹਾ, ਜਿਹੜੀਆਂ ਮੰਗਾਂ ਦੇ ਉੱਤੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਉਹਦੇ ਉਲਟ ਜਾ ਕੇ ਵੱਧ ਅਧਿਕਾਰਾਂ ਵਾਲੇ ਮਾਮਲੇ 'ਚ ਇਹਨਾਂ ਨੇ ਮੋਦੀ ਸਰਕਾਰ ਦੇ ਨਾਲ ਖੜੇ। ਆਹ ਖੇਤੀ ਕਾਨੂੰਨ 3 ਆਰਡੀਨੈਂਸ ਬਣੇ 5 ਜੂਨ ਪਿਛਲੇ ਸਾਲ 20 'ਚ ਪਾਸ ਹੋਏ, ਉਦੋਂ ਮੋਦੀ ਸਰਕਾਰ ਦੇ ਨਾਲ ਖੜੇ ਉਹਨਾਂ ਦੇ ਉੱਤੇ, ਬਾਅਦ ਦੇ ਵਿੱਚ ਕਹਿੰਦੇ ਸਾਨੂੰ ਤਾਂ ਦੱਸਿਆ ਨਹੀਂ ਗਿਆ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਉਦੋਂ ਚਿੱਠੀਆਂ ਨਾਲ ਉੱਚੀਆਂ ਅੱਡੀਆਂ ਚੱਕ ਚੱਕ ਕੇ ਕਹਿੰਦੇ ਸੀ ਕਿ ਇਹ ਤਾਂ ਕਾਨੂੰਨ ਹੀ ਬੜੇ ਵਧੀਆ ਨੇ ਜੀ, ਹੁਣ ਅਸੀਂ ਉਹਦੇ ਵਿਰੋਧ ਦੇ ਵਿੱਚ ਆ। ਫਿਰ ਲੋਕਾਂ ਨੂੰ ਤਾਂ ਦੱਸ ਦਿਓ ਵੀ ਤੁਸੀਂ ਸੱਚੇ ਕਦੋਂ ਸੀ, ਹੁਣ ਸੱਚੇ ਹੋ ਜਾਂ ਪਹਿਲਾਂ ਸੱਚੇ ਸੀ? ਸੋ ਇਹ ਜਿਹੜੀ ਬੇਅਦਬੀ ਵਾਲਾ ਇਹ ਬਹੁਤ ਹੈ। ਜੇ ਇਹ ਕੈਪਟਨ ਸਰਕਾਰ ਨੇ ਇਹਦੇ ਵਿੱਚ ਇਨਸਾਫ਼ ਨਾ ਦਿੱਤਾ ਤਾਂ ਹਾਲ ਇਹਨਾਂ ਦਾ ਵੀ ਪਿਛਲੀ ਸਰਕਾਰ ਵਾਲਾ ਹੋਣਾ। ਜੀ ਜੀ ਜੀ,
ਇਸ ਦੇ ਚੱਲਦੇ ਮਮਤਾ ਬੈਨਰਜੀ ਨੇ ਇੱਕ ਜਾਸੂਸੀ ਕਾਂਡ ਦੇ ਮਾਮਲੇ 'ਚ ਕਾਰਵਾਈ ਕੀਤੀ, ਉਹਦੇ ਬਾਰੇ ਕੀ ਕਹਿਣਾ ਜੀ? ਦੇਖੋ ਸੁਖਬੀਰ, ਮਮਤਾ ਬੈਨਰਜੀ ਦਾ ਕੋਈ ਮੁਕਾਬਲਾ ਨਹੀਂ ਜੀ। ਜੀ, ਮਮਤਾ ਬੈਨਰਜੀ ਇੱਕ ਇਮਾਨਦਾਰ ਸ਼ਖਸੀਅਤ ਹੈ ਜੀ। ਜੀ, ਅਜੇ ਤੱਕਰ ਜੇ ਉਹਦੇ 'ਤੇ ਇੱਕ ਕੌਡੀ ਦਾ ਵੀ ਇਲਜ਼ਾਮ ਹੁੰਦਾ ਜੀ ਤਾਂ ਹੁਣ ਤੱਕ ਨਰਿੰਦਰ ਮੋਦੀ ਨੇ ਉਹਨੂੰ ਟੰਗਿਆ ਹੁੰਦਾ ਜੀ। ਇਹਦੇ ਇਲਾਵਾ ਉਹ ਕੋਈ ਪੈਨਸ਼ਨ ਨਹੀਂ ਲੈ ਰਹੀ ਜੀ, ਆਪਦੀਆਂ ਕਿਤਾਬਾਂ ਦੀ ਰੋਇਲਟੀ ਨਾਲ ਆਪਣਾ ਘਰ ਚਲਾਉਂਦੀ ਹੈ ਜੀ। ਬੜਾ ਸਾਦਾ ਜਿਹਾ ਘਰ ਆ ਉਹਦਾ, ਜਿਹੜਾ ਇੱਕ ਆਮ ਜੀ ਸ਼ਹਿਰੀ ਦਾ ਘਰ ਹੁੰਦਾ, ਆਮ ਨਾਗਰਿਕ ਦਾ ਘਰ ਹੁੰਦਾ। ਉਹਨੇ ਅੱਜ ਤੱਕਰ ਚੁੱਪ ਕਰੇ ਬੈਠੇ ਨੇ, ਜਿੰਨੀਆਂ ਭਾਜਪਾ ਵਿਰੋਧੀ ਸਰਕਾਰਾਂ ਨੇ ਕਹਿ ਰਹੇ ਨੇ ਵੀ ਫਲਾਨੇ ਦੀ ਜਸੂਸੀ ਕਰਤੀ, ਰਾਜੀਵ ਦੀ, ਰਾਹੁਲ ਗਾਂਧੀ ਦੀ ਕਰਤੀ, ਪੱਤਰਕਾਰਾਂ ਦੀ ਕਰਤੀ, ਵਿਰੋਧੀ ਧਿਰ ਦੇ ਆਗੂਆਂ ਦੀ ਕਰਤੀ, ਬਾਹਰਲੇ ਪਾਸੇ ਵੀ ਕਈਆਂ ਦੀਆਂ ਜਸੂਸੀਆਂ ਹੋਈਆਂ ਨੇ, ਮਮਤਾ ਬੈਨਰਜੀ ਨੇ ਸਭ ਤੋਂ ਪਹਿਲਾਂ ਜਿਹੜਾ ਸਾਡਾ IT Act ਆ ਉਹਦਾ ਸਹਾਰਾ ਲੈ ਕੇ ਇੱਕ ਕਮਿਸ਼ਨ ਬਣਾਤਾ ਜੀ। ਉਸ ਕਮਿਸ਼ਨ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਵੀ ਲੈ ਲਏ ਸੇਵਾ ਮੁਕਤ ਜੀ, ਅਤੇ ਮਾਨਯੋਗ ਪੱਛਮੀ ਬੰਗਾਲ ਦੀ ਹਾਈ ਕੋਰਟ ਹੈ ਉਹਨਾਂ ਦੇ ਜੱਜ ਵੀ ਲੈ ਕੇ ਇੱਕ ਪੈਨਲ, ਇੱਕ ਕਮਿਸ਼ਨ ਬਣਾ ਦਿੱਤਾ ਹੈਗਾ ਜਿਹਨੂੰ ਇਹਦੀ ਜਾਂਚ ਕਰਨ ਵਾਸਤੇ ਆਖਿਆ ਗਿਆ। ਇਸੇ ਕਰਕੇ ਤਾਂ ਬਹੁਤ ਸਾਰੇ ਸੀਨੀਅਰ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਵੀ ਉਸੇ ਤਰਜ਼ ਦੇ ਉੱਤੇ ਇੱਕ ਕਮਿਸ਼ਨ, ਇੱਕ ਪੈਨਲ ਬਣਾਓ ਜਿਹੜਾ ਇਹਦੀ ਬਕਾਇਦਾ ਵਿਸਥਾਰ ਦੇ ਵਿੱਚ ਜਾਂਚ ਕਰੇ, ਅਤੇ ਜਿਹੜੇ ਕਾਂਗਰਸ ਵਿਰੋਧੀ ਸਰਕਾਰਾਂ ਨੇ ਸੂਬਿਆਂ ਦੇ ਵਿੱਚ ਉਹਨਾਂ ਨੂੰ ਵੀ ਇਹ ਕਮਿਸ਼ਨ ਬਣਾਉਣੇ ਚਾਹੀਦੇ ਨੇ। ਇਸ ਕੰਮ ਦੇ ਵਿੱਚ ਮਮਤਾ ਪਹਿਲ ਲੈ ਗਈ, ਅਤੇ ਇਸੇ ਕਰਕੇ ਤਾਂ ਮਮਤਾ ਦਾ ਹੁਣ ਉਹ ਦਿੱਲੀ ਆਈ ਹੋਈ ਹੈ ਜੀ ਜੀ। ਉਹਨੇ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕੱਠੇ ਕਰਨਾ ਹੈ ਵੀ ਆਓ ਆਪਾਂ ਸਾਰੇ ਜਣੇ ਰਲ ਕੇ ਇਹਨੂੰ ਨਰਿੰਦਰ ਮੋਦੀ ਦੀ ਸਰਕਾਰ ਨੂੰ ਚੱਲਦਾ ਕਰੀਏ, ਨਹੀਂ ਤਾਂ ਜਿਸ ਤਰ੍ਹਾਂ ਦੇ ਏਜੰਡੇ ਲਾਗੂ ਕਰਨ ਲੱਗ ਗਿਆ ਇਹ ਲੋਕ ਵਿਰੋਧੀ ਨੇ, ਇਹ ਮਤਲਬ ਆਮ ਲੋਕਾਂ ਤੋਂ ਪਹੁੰਚ ਤੋਂ ਹਰ ਕੁਛ ਦੂਰ ਕਰਦਾ ਜਾ ਰਿਹਾ ਹੈਗਾ। ਆਓ ਆਪਾਂ ਸਾਰੇ ਹੁਣ 29 ਤਰੀਕ ਤੱਕ ਮਮਤਾ ਬੈਨਰਜੀ ਨੇ ਇੱਥੇ ਰਹਿਣਾ ਹੈਗਾ। ਇਸ ਦੇ ਦੌਰਾਨ ਉਹਨੇ ਜਿਹੜੇ ਸੀਨੀਅਰ ਆਗੂ ਨੇ ਭਾਜਪਾ ਤੋਂ ਵਿਰੋਧੀ ਜੀ ਜੀ, ਉਹਨਾਂ ਦੇ ਸਾਰਿਆਂ ਨਾਲ ਮੁਲਾਕਾਤ ਕਰਨੀ ਹੈ। ਜਿਹੜੇ ਦਿੱਲੀ 'ਚ ਬੈਠੇ ਉਹਨਾਂ ਨਾਲ ਇੱਥੇ ਕਰ ਰਹੀ ਹੈ, ਜਿਹੜੇ ਆਪਣੇ ਰਾਜਾਂ 'ਚ ਬੈਠੇ ਨੇ ਉਹਨਾਂ ਕੋਲ ਉੱਥੇ ਜਾ ਕੇ ਵੀ ਕੀਤਾ ਜਾ ਰਿਹਾ। ਪਰ ਜਿਹੜਾ ਇਹ ਕਮਿਸ਼ਨ ਉਹਨੇ ਬਣਾਤਾ, ਇਸ ਪਹਿਲਕਦਮੀ ਦਾ ਸੰਸਦ ਦੇ ਵਿੱਚ ਵੀ ਹੰਗਾਮਾ ਹੋਇਆ ਜੀ, ਅੱਜ ਚਾਰੇ ਪਾਸੇ ਅੰਤਰਰਾਸ਼ਟਰੀ ਪੱਧਰ 'ਤੇ ਮਮਤਾ ਦੀ ਬੱਲੇ ਬੱਲੇ ਹੋ ਰਹੀ ਜੀ ਜੀ। ਇਸ ਦੇ ਚੱਲਦਿਆਂ ਸੁਨੀਲ ਜਾਖੜ ਨੇ ਜਿਹੜੇ ਉਹ ਗੁਰਜੀਤ ਸੋਢੀ ਦੇ ਖਿਲਾਫ਼ ਇੱਕ ਫੇਰ ਕਾਰਵਾਈ ਦੀ ਮੰਗ ਕੀਤੀ ਹੈ, ਕੋਈ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਅਤੇ ਇੱਕ ਹੋਰ ਧੰਦੇ ਨੂੰ ਲੈ ਕੇ ਉਹਦੀ ਕਾਰਵਾਈ ਦੀ ਮੰਗ ਕੀਤੀ ਆ। ਇਹ ਰਾਣਾ ਗੁਰਮੀਤ ਸਿੰਘ ਸੋਢੀ, ਗੁਰਜੀਤ ਨਹੀਂ, ਗੁਰਮੀਤ ਸਿੰਘ ਸੋਢੀ ਸੋਢੀ, ਇਹਦਾ ਇੱਕ ਨੇ ਫੈਕਟਰੀ ਦਾ ਲਾਇਸੈਂਸ ਲਿਆ ਸੀ 2015 'ਚ ਜੀ ਜੀ। 2015 ਦੇ ਵਿੱਚ ਸਰਕਾਰ ਕਿਹਦੀ ਸੀ ਜੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਤੇ ਸੁਖਬੀਰ ਸਿੰਘ ਬਾਦਲ ਦੀ ਜੀ ਜੀ। ਅਤੇ ਫਿਰ ਜਿਹੜਾ ਨਵਜੋਤ ਸਿੱਧੂ ਕਹਿੰਦਾ ਹੈਗਾ ਵੀ 75-25 ਖੇਡਦੇ ਨੇ ਜੀ, ਇਹ ਇੱਥੋਂ ਪ੍ਰੂਵ ਨਹੀਂ ਹੁੰਦਾ ਜੀ। ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ 'ਚੋਂ ਕਿਹਾ ਜਾਂਦਾ ਜੀ ਜੀ, ਅਤੇ ਜੇ ਉਹਨੂੰ ਉਹ ਲਾਇਸੈਂਸ ਮਿਲਿਆ ਤਾਂ ਕੋਈ ਨਾ ਕੋਈ ਸਾਂਝ ਦਾ ਨਤੀਜਾ ਤਾਂ ਹੈਗਾ ਜੀ। ਇੱਕ ਇਹਨੇ ਇੱਕ ਜ਼ਮੀਨ ਦਾ ਡਬਲ ਮੁਆਵਜ਼ਾ ਲੈ ਲਿਆ ਜੀ। ਇਹ ਦੁਨੀਆਂ ਨੂੰ ਲੈ ਕੇ ਸੁਨੀਲ ਜਾਖੜ ਹੋਰਾਂ ਨੇ ਚਿੱਠੀ ਲਿਖੀ ਹੈ ਜੀ ਬੀਬੀ ਸੋਨੀਆ ਗਾਂਧੀ ਨੂੰ ਵੀ ਇਹਦੇ 'ਤੇ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ। ਦੇਖੋ ਐਡਾ ਵੱਡਾ ਸਕੈਂਡਲ ਹੋਵੇ ਜੋ ਅਜੇ ਵੀ ਮੰਤਰੀ ਮੰਡਲ 'ਚ ਬੈਠਾ ਹੋਵੇ ਜੀ ਜੀ, ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਜਿਹੜਾ ਡਬਲ ਮੁਆਵਜ਼ਾ ਲੈ ਲਿਆ ਉਹਦੇ ਵਿੱਚ ਤਾਂ ਜਿਹੜੀ ਅਮਾਨਤ 'ਚ ਖਿਆਨਤ ਜੀ, ਜਿਹਦੇ ਵਿੱਚ ਧਾਰਾ 420 ਲੱਗਦੀ ਹੈ ਉਹ ਤਾਂ ਸਭ ਦੇ ਸਾਹਮਣੇ ਹੈ, ਅਤੇ ਇਹ ਫਿਰ ਅਜੇ ਚਹੇਤਾ ਮੰਤਰੀ ਬਣਿਆ ਬੈਠਾ, ਇਹ ਚੀਜ਼ਾਂ ਦਾ ਜਵਾਬ ਦੇਣਾ ਪਵੇਗਾ ਜੀ ਜੀ। ਇਹ ਜਿਹੜੀ ਚਿੱਠੀ ਲਿਖੀ ਹੈ ਸੁਨੀਲ ਜਾਖੜ ਹੋਰਾਂ ਨੇ ਬੀਬੀ ਮਮਤਾ ਬੀਬੀ ਸੋਨੀਆ ਗਾਂਧੀ ਨੂੰ, ਜੇ ਸਮੇਂ ਸਿਰ ਕਦਮ ਨਾ ਉਠਾਇਆ ਤਾਂ 2022 ਦੇ ਵਿੱਚ ਇਹ ਜਿਹੜਾ ਜਿੰਨਾ ਹੈ ਨਾ ਜੀ ਜੀ, ਇਹ ਬੋਤਲ 'ਚੋਂ ਬਾਹਰ ਨਿਕਲੇਗਾ, ਅਤੇ ਹੋ ਸਕਦਾ ਉਹ ਉਸ ਵੇਲੇ ਫਿਰ ਕਾਂਗਰਸ ਨੂੰ ਆਪਣੀ ਨੂੰ ਹੀ ਡੱਸ ਲਵੇ। ਇਹਦੇ ਲਈ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਪ੍ਰਧਾਨ ਪ੍ਰਦੇਸ਼ ਕਾਂਗਰਸ ਦਾ, ਉਹਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ। ਜੇ ਪੁਰਾਣੇ ਪ੍ਰਧਾਨ ਨੇ ਪ੍ਰਧਾਨ ਹੁੰਦਿਆਂ ਚਿੱਠੀ ਲਿਖੀ ਹੈ, ਉਹਦੀ ਪੈਰਵਾਈ ਨਵਜੋਤ ਸਿੰਘ ਸਿੱਧੂ ਨੂੰ ਕਰਨੀ ਚਾਹੀਦੀ ਹੈ, ਅਤੇ ਕੈਪਟਨ ਸਾਹਿਬ ਨੂੰ ਜਦੋਂ ਹੁਣ ਮੰਤਰੀ ਮੰਡਲ ਦੇ ਵਿੱਚ ਰੀਸ਼ਫਲ ਕਰਨਾ, ਵੈਸੇ ਤਾਂ ਉਹਨੂੰ ਹੁਣੇ ਹਟਾਉਣਾ ਚਾਹੀਦਾ। ਜਿਹੜੇ ਬੰਦੇ 'ਤੇ ਦੋਸ਼ ਸਾਬਤ ਹੋ ਗਏ ਕਿ ਉਹਨੇ ਦੋ ਵਾਰ ਮੁਆਵਜ਼ਾ ਲੈ ਲਿਆ ਇੱਕ ਜ਼ਮੀਨ ਦਾ, ਇਹ ਬਹੁਤ ਵੱਡਾ ਗੰਭੀਰਤਾ ਵਾਲਾ ਮਾਮਲਾ ਹੈਗਾ, ਇਹ ਇਹਦੇ ਤੋਂ ਕੋਈ ਬਚ ਨਹੀਂ ਸਕਦਾ, ਅਤੇ ਕੈਪਟਨ ਸਾਹਿਬ ਨੂੰ ਇਹਦੇ ਵਿੱਚ ਕੋਈ ਕਦਮ ਤੁਰੰਤ ਜੇ ਨਾ ਚੱਕਿਆ ਤਾਂ ਬਹੁਤ ਦੇਰ ਹੋ ਜਾਵੇ ਜੀ ਜੀ। ਹੁਣ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨੇ ਅਤੇ ਉਹ ਟਵੀਟ ਕਰਦੇ ਸੀਗੇ ਮਾਈਨਿੰਗ ਦੇ ਮਾਮਲੇ ਲੈ ਕੇ ਜਾਂ ਹੋਰ ਵੀ ਸ਼ਰਾਬ ਦੇ ਧੰਦਿਆਂ ਨੂੰ ਲੈ ਕੇ, ਪਰ ਉਹਨਾਂ ਦੇ ਆਪਦੇ ਵਿਧਾਇਕ ਨੇ ਜਿਹੜੇ ਉਹਨਾਂ ਦੇ ਸਵਾਲ ਖੜ੍ਹੇ ਹੋਣ ਲੱਗ ਗਏ। ਇਸੇ ਤਰ੍ਹਾਂ ਹੁਣ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਇਹਦਾ ਮੁੱਦਿਆਂ ਦਾ ਹੱਲ ਕਰਨਗੇ। ਤੁਹਾਨੂੰ ਯਾਦ ਹੋਵੇਗਾ ਜਿੱਦਣ ਇਹਨੇ ਸਹੁੰ ਚੁੱਕੀ ਆ, ਮੈਂ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਜੀ ਜੀ ਕਿ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਵਾਸਤੇ ਕੰਡਿਆਂ ਦੀ ਸੇਜ ਵਾਲੀ ਆ ਜੀ ਜੀ, ਇਹ ਇਸ ਤੋਂ ਘੱਟ ਨਹੀਂ ਹੈ ਜੀ।
ਕਿਉਂਕਿ ਜਿਹੜੇ ਮੁੱਦੇ ਉਹਨੇ ਉਠਾਏ ਨੇ ਉਹਦੇ ਵਿੱਚ ਅਕਾਲੀ ਵੀ ਭਾਜਪਾ ਵੀ ਤੇ ਕਾਂਗਰਸ ਵਾਲੇ ਵੀ ਸ਼ਾਮਲ ਨੇ ਜੀ। ਇਹ 75-25 ਮਿਲ ਕੇ ਖੇਡੀ ਜਾ ਰਹੀ ਹੈ ਜੀ। ਤੇ ਜਦੋਂ ਤੁਸੀਂ ਉਹਨਾਂ MLA ਦਾ ਜਾਂ ਤਾਂ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਗੰਗਾ ਨਵਾ ਕੇ ਲਿਆਓ ਜਾਂ ਦਰਬਾਰ ਸਾਹਿਬ ਲੈ ਕੇ ਜਾਓ, ਸਾਰਿਆਂ ਨੂੰ ਇਕੱਠੇ ਕਰਕੇ ਕਿ ਇਹ ਪਰਨ ਲੈਣ ਕਿ ਅਸੀਂ ਕਿਸੇ ਇਸ ਤਰ੍ਹਾਂ ਦੇ ਗਲਤ ਧੰਦੇ ਵਿੱਚ ਨਹੀਂ ਪਵਾਂਗੇ। ਜੇ ਕਾਰੋਬਾਰ ਕਰਨਾ ਬਕਾਇਦਾ ਸਰਕਾਰ ਦਾ ਟੈਕਸ ਅਦਾ ਕਰਕੇ, ਸਰਕਾਰ ਦੀ ਫੀਸ ਅਦਾ ਕਰਕੇ ਫਿਰ ਕਰੋ। ਮੈਨੂੰ ਲੱਗਦਾ ਇਹ ਪਾਠ ਨਵਜੋਤ ਸਿੰਘ ਸਿੱਧੂ ਨੂੰ ਪੜਾਉਣਾ ਪਵੇਗਾ। ਜੇ ਇਹ ਪਾਠ ਨਾ ਪੜਾਇਆ ਜਾਂ ਤਾਂ ਫਿਰ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਜਾਂ ਤਾਂ ਜਨਤਾ ਨੂੰ ਖੁਸ਼ ਕਰਨਗੇ ਤੇ ਜਾਂ ਫਿਰ ਇਹਨਾਂ ਜਿਹੜੇ ਸਾਥੀ ਨਾਲ ਤੁਰੇ ਫਿਰਦੇ ਆ ਇਹਨਾਂ ਨੂੰ ਖੁਸ਼ ਕਰਨਗੇ। ਇਹ ਬਹੁਤ ਵੱਡਾ ਮਾਮਲਾ ਹੈਗਾ, ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਇਸ ਮਾਮਲੇ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਜੇ ਠੋਸ ਕਦਮ ਉਠਾਉਣੇ ਹੀ ਪੈਣਗੇ। ਜੇ ਉਹ ਠੋਸ ਕਦਮ ਨਹੀਂ ਉਠਾਉਂਦੇ ਹੈਗੇ ਤਾਂ ਬਹੁਤ ਦੇਰ ਹੋ ਜਾਵੇਗੀ, ਉਹਦਾ ਖਮਿਆਜ਼ਾ ਕਾਂਗਰਸ ਨੂੰ ਹੀ ਭੁਗਤਣਾ ਪੈ ਸਕਦਾ। ਔਰ ਜਿਨ੍ਹਾਂ ਆਸਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅੱਜ ਮੈਦਾਨ ਵਿੱਚ ਉਤਰੇ ਨੇ ਕਿ ਅਸੀਂ ਇਹਨਾਂ ਆਸਾਂ ਨੂੰ ਉਹਨਾਂ ਦੇ 18-31 ਪ੍ਰੋਗਰਾਮ ਦੇ ਵਿੱਚ ਹੈ, ਉਹਦੇ ਵਿੱਚ ਜਿਹੜੇ ਪ੍ਰਮੁੱਖ ਨੇ ਆਬਕਾਰੀ ਦੀ ਚੋਰੀ ਜਿਹੜੀ ਬਹੁਤ ਵੱਡੀ ਪੱਧਰ 'ਤੇ ਹੋ ਰਹੀ ਹੈ, ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾ ਰਹੀਆਂ ਨੇ, ਤੀਜਾ ਜਿਹੜੀ ਇਹ ਬਿਨਾਂ ਕੁਛ ਦਿੱਤਿਆਂ ਜਿਵੇਂ ਪ੍ਰਗਟ ਸਿੰਘ ਹੋਰਾਂ ਨੇ ਮਾਮਲਾ ਉਠਾਇਆ ਸੀ ਕਿ ਜਿਹੜੀ ਮਾਈਨਿੰਗ ਦੇ ਵਿੱਚੋਂ 103 ਕਰੋੜ ਰੁਪਈਆ ਸਰਕਾਰੀ ਖਜ਼ਾਨੇ 'ਚ ਆਉਂਦਾ ਹੈ ਜੀ, ਉਹ ਕਹਿੰਦਾ ਫਿਰ ਮੁਕਤ ਕਰ ਦਿਓ ਜੀ। ਜੇ ਛੋਟਾ ਮੋਟਾ ਲੋਕ ਆਪਦੀ ਟਰਾਲੀ ਭਰੇ ਉਹ 500-400 ਦੀ ਵੇਚਦੇ ਜੀ, ਤਾਂ ਜੇ ਸਰਕਾਰ ਨੂੰ ਆਉਣਾ ਹੀ ਇੰਨਾ ਕਹੇਗਾ। ਇਹ ਇੱਕ ਨਾ ਸੁਖਵੀਰ ਜੀ ਅਜੀਬ ਕਿਸਮ ਦਾ ਕੰਮ ਹੈਗਾ ਜੀ, ਉਹਦੇ 'ਚ ਇਹ ਮਾਮਲਾ ਆ ਗਿਆ ਜੀ। ਤੀਜਾ ਉਹਨਾਂ ਨੇ ਕਿਹਾ ਸੀ ਕਿ ਬਿਜਲੀ ਦੇ ਜਿਹੜੇ ਮਹਿੰਗੇ ਸਮਝੌਤੇ ਕਰ ਲਏ ਨੇ ਜੀ ਜੀ, ਉਹ ਉਹਨਾਂ ਨੂੰ ਰੱਦ ਕਰੋ ਜੀ, ਉਹਨਾਂ 'ਤੇ ਰਿਵਿਊ ਕਰੋ, ਵਿਧਾਨ ਸਭਾ ਦੇ ਸੈਸ਼ਨ 'ਚ ਲਿਆ ਕੇ ਉਹ ਰੱਦ ਕੀਤੇ ਜਾ ਸਕਦੇ ਨੇ, ਕਾਨੂੰਨੀ ਪੱਖ ਜਾਣ ਕੇ ਉਹਨੂੰ ਰੱਦ ਕੀਤਾ ਜਾਵੇ ਜਿਹਨੇ ਪੰਜਾਬ ਦਾ ਦੁਆਲਾ ਕੱਢਿਆ ਹੈਗਾ ਜੀ ਜੀ। ਪੰਜਾਬ ਕਰਜ਼ਾ ਲੈਣ ਨੂੰ ਫਿਰਦਾ ਬਿਜਲੀ ਬੋਰਡ ਪੰਜਾਬ ਦਾ ਜੀ, ਅਤੇ 4,000 ਕਰੋੜ ਦੇ ਕਰੀਬ ਉਹਦਾ ਸਰਕਾਰੀ ਖਜ਼ਾਨਿਆਂ ਨੂੰ ਅਤੇ ਜਾਂ ਬਿਜਲੀ ਚੋਰੀ ਹੁੰਦੀ ਹੈ ਜੀ। ਤੁਸੀਂ ਮੇਰੀ ਅੱਜ ਦੀ ਗੱਲ ਯਾਦ ਰੱਖ ਲਿਓ, ਜੇ ਲੋਕਾਂ ਨੇ ਇਹ ਬਿਜਲੀ ਚੋਰੀ ਰਾਜਸੀ ਆਗੂਆਂ ਦੇ ਸਰਪ੍ਰਸਤੀਆਂ ਹੇਠ ਕਰਾਉਣ ਤੋਂ ਨਾ ਬਾਜ ਆਏ, ਇਸ ਰਾਜਸੀ ਆਗੂ ਖੁਦ ਵੀ ਕਰਦੇ ਹੈ, ਬਹੁਤ ਸਾਰਿਆਂ ਦੇ ਨਾਂ ਲਏ ਜਾ ਸਕਦੇ ਹੈ ਜਿਨ੍ਹਾਂ ਦੇ ਬਾਅਦ ਦੇ ਵਿੱਚ ਬਿਜਲੀ ਕਨੈਕਸ਼ਨ ਕੱਟੇ ਗਏ ਸੀ ਔਰ 10-10 ਲੱਖ ਦੇ ਜੁਰਮਾਨੇ ਹੋਏ ਸੀ ਜੀ ਜੀ। ਜੇ ਇਹਨਾਂ ਨੇ ਇਹਨੂੰ ਨਾ ਰੋਕਿਆ ਤਾਂ ਆਮ ਲੋਕਾਂ ਦਾ ਗਲਾ ਘੁੱਟਿਆ ਜਾਏਗਾ ਇਹਨਾਂ ਬਿਜਲੀ ਬਿੱਲਾਂ ਦੇ ਉੱਤੇ ਜੀ ਜੀ। ਇਹ ਮੰਦਭਾਗ ਹੈ, ਇਹ ਜੇ ਸਿੱਧੂ ਨੇ ਇਹ ਗੱਲ ਸਾਰੀ ਐਲਾਨੀ ਹੈ ਤਾਂ ਉਹਨੂੰ ਇਸ ਦੇ ਵਿੱਚ ਉਹਨੂੰ ਡਟ ਕੇ ਪਹਿਰਾ ਦੇਣਾ ਪਵੇਗਾ। ਟਰਾਂਸਪੋਰਟ ਦਾ ਮਾਮਲਾ ਆ ਗਿਆ, ਕੇਬਲ ਦਾ ਮਾਮਲਾ ਆ ਗਿਆ, ਮਾਈਨਿੰਗ ਦਾ ਆਲਾ ਆਪਾਂ ਗੱਲ ਕਰ ਲਈ ਹੈ, ਇਹ ਸਾਰੇ ਉਹ ਮੁੱਦੇ ਨੇ। ਇਸੇ ਤਰ੍ਹਾਂ ਉਹਨੇ ਸਹੁੰ ਚੁੱਕ 'ਚ ਕਿਹਾ ਸੀ ਕਿ ETT ਧਰਨੇ ਦੇ ਰਹੇ ਆ, ਦੂਜੇ ਦੇ ਰਹੇ ਆ, PRTC ਵਾਲੇ ਦੇ ਰਹੇ ਆ, ਡਾਕਟਰ ਦੇ ਰਹੇ ਆ, ਮਨਰੇਗਾ ਵਾਲੇ ਧਰਨੇ ਦੇ ਰਹੇ ਆ, ਕੋਈ ਧਿਰ ਹੈ ਜਿਹੜੀ ਧਰਨੇ ਨਹੀਂ ਦੇ ਰਹੀ ਜੀ। ਵੀ ਇਹ ਮਸਲੇ ਨੇ, ਇਹ ਕਿਉਂ ਉੱਠੇ ਨੇ, ਇਹ ਇਸ ਕਰਕੇ ਉੱਠੇ ਨੇ ਕਿ ਆਪਦੇ ਚੋਣ ਮਨੋਰਥਾਂ ਪੱਤਰਾਂ ਦੇ ਵਿੱਚ ਇਹ ਲੋਕ ਉਹ ਵਾਅਦੇ ਕਰ ਲੈਂਦੇ ਨੇ ਜਿਹੜੇ ਪੂਰੇ ਨਹੀਂ ਕੀਤੇ ਜਾ ਸਕਦੇ। ਆਪਾਂ ਅਕਸਰ ਕਹਿੰਦੇ ਹਾਂ ਜੀ ਕਿ 1980 ਤੋਂ ਪਹਿਲਾਂ ਇਹਨਾਂ ਰਾਜਸੀ ਆਗੂਆਂ ਦੀ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਜਾਣ ਤੇ ਪੰਜਾਬ ਤੇ ਕੋਈ ਕਰਜ਼ਾ ਨਹੀਂ ਸੀ, ਅੱਜ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਤੇ ਇਹ ਖਰਬਾਂ ਦੀ ਜਾਇਦਾਦ ਬਣਾ ਕੇ ਬੈਠ ਗਏ ਨੇ। ਇਹਦੇ ਉੱਤੇ ਜਿਹੜਾ ਹੈਗਾ ਨਵਜੋਤ ਸਿੱਧੂ ਨੂੰ ਆਪਦੀ ਸਥਿਤੀ ਸਪਸ਼ਟ ਕਰਨੀ ਪਵੇਗੀ। ਜੇ ਉਹਨੇ ਇਹ ਸਾਰੇ ਮਾਮਲੇ ਉਠਾਏ ਨੇ ਹੁਣ ਉਹਦੇ ਕੋਲ ਪ੍ਰਧਾਨਗੀ ਹੈ ਤਾਂ ਉਹਨੂੰ ਪੂਰੇ ਕਰਾਉਣੇ ਪੈਣਗੇ। ਜੇ ਤਾਂ ਉਹ ਇਹਦੇ ਵਿੱਚੋਂ ਕੁਝ ਨੂੰ ਪੂਰੇ ਕਰਾਉਣ ਵਾਲੇ ਪਾਸੇ ਤੁਰ ਗਿਆ, ਕੁਛ ਕਰ ਗਿਆ ਜੀ, ਤਾਂ 2022 ਦਾ ਹੀਰੋ ਹੋਏਗਾ ਜੀ, ਨਹੀਂ ਫਿਰ ਥੱਲੇ ਤਾਂ ਪੰਜਾਬ ਦੇ ਲੋਕਾਂ ਨੇ ਕਰ ਹੀ ਦੇਣੀ ਹੈ ਜੀ ਜੀ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਜਸਪਾਲ ਸਿੰਘ ਢਿੱਲੋਂ ਜੀ, ਇਹਨਾਂ ਨੇ ਪੰਜਾਬ ਦੇ ਵੱਖੋ ਵੱਖਰੇ ਮੁੱਦਿਆਂ 'ਤੇ ਬਹੁਤ ਹੀ ਖੁੱਲ੍ਹ ਕੇ ਚਰਚਾ ਕੀਤੀ ਹੈ ਅਤੇ ਇਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ, ਜੇ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਤਾਂ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਨਤੀਜਾ ਭੁਗਤਣਾ ਪਵੇਗਾ ਅਤੇ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਵੀ ਭੁਗਤਣਾ ਪਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਰਿਹਾ ਸੀਗਾ ਪ੍ਰਧਾਨ ਬਣਨ ਤੋਂ ਬਾਅਦ ਉਹ ਪੂਰੇ ਕਰੇਗਾ ਜਾਂ ਫਿਰ ਨਹੀਂ। ਤੁਸੀਂ ਦੇਖ ਲਓ D5 ਚੈਨਲ ਪੰਜਾਬੀ। ਧੰਨਵਾਦ।